ਸਵਾਗਤ ਹੈ ਜੀ ਤੁਹਾਡਾ ਵਿਰਾਸਤੀ ਪੈਣਾ ਦੇ ਪ੍ਰੋਗਰਾਮ ਚ। ਮੈਂ ਤੁਹਾਡਾ ਆਪਣਾ ਆਸ਼ਪੈਂਸ ਅੱਜ ਤੁਹਾਡੇ ਲਈ ਲੈ ਕੇ ਆ ਰਿਹਾ ਕਿੱਸਾ ਇੰਦਰ ਬੇਗੋ ਨਾਲ। ਪੰਜਾਬੀ ਸਾਹਿਤ ਦੀ ਦ੍ਰਿਸ਼ਟੀ ਤੋਂ ਬਹੁਤ ਹੀ ਵਿਸ਼ਾਲ ਹੈ। ਇਹਦੇ ਵਿੱਚ ਅਨੇਕਾਂ ਹੀ ਲੋਕ ਥਾਵਾਂ ਤੇ ਲੋਕ ਕਿੱਸੇ ਹੋਏ ਹਨ ਜਿਨ੍ਹਾਂ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ ਹੈ, ਜਿਵੇਂ ਮਿਰਜ਼ਾ ਸਾਹਿਬਾ, ਹੀਰ ਰਾਂਝਾ, ਸੱਸੀ ਪੁੰਨੂ, ਸੋਹਣੀ ਮਹੀਵਾਲ, ਲੈਲਾ ਮਜਨੂ, ਯੂਸਫ ਜ਼ੁਲੇਖਾ ਤੇ ਹੋਰ ਵੀ ਕਈ ਕਿੱਸੇ। ਪਰ ਕਈ ਕਿੱਸੇ ਜਿਵੇਂ ਉਮਰ ਮਾਰੂਈ, ਲੈਲਾ ਚਨੇਸਰ, ਸੁੰਦਰੀ ਤੇ ਬੀਰ ਸਿੰਘ ਤੇ ਬੇਗੋ ਨਾਰ ਵਰਗੇ ਅਨੇਕਾਂ ਹੀ ਕਿੱਸੇ ਸਮਾਜ ਵਿੱਚ ਆਪਣੀ ਹੋਂਦ ਬਰਕਰਾਰ ਨਾ ਰੱਖ ਸਕੇ ਤੇ ਕਈ ਕਿੱਸੇ ਕਿੱਸੇਕਾਰਾਂ ਦੀ ਕਲਮ ਨਾ ਚੜ੍ਹੇ ਤੇ ਪ੍ਰਚਲਿਤ ਨਾ ਹੋ ਸਕੇ। ਤੇ ਅੱਜ ਅਸੀਂ ਅਲੋਪ ਹੋਏ ਕਿੱਸਿਆਂ ਚੋਂ ਇੱਕ ਬਣ ਗਈ ਕਿੱਸਾ ਬੇਗੋ ਨਾਰ ਦਾ ਤੁਹਾਡੇ ਲਈ ਕੇ ਹਾਜ਼ਰ ਹਾਂ, ਜੋ ਕਿ ਦੁਨੀਆਂ 'ਚ ਸਭ ਤੋਂ ਘੱਟ ਸਮੇਂ ਵਿੱਚ ਵਾਪਰੀ ਹੋਈ ਇੱਕ ਪ੍ਰੇਮ ਕਹਾਣੀ। ਕਿੱਸਾ ਬੇਗੋ ਨਾਰ ਬਾਰੇ ਪੰਜਾਬੀ ਸਾਹਿਤ ਵਿੱਚ ਬਹੁਤ ਹੀ ਘੱਟ ਵਰਣਨ ਮਿਲਦਾ ਹੈ। ਕਹਾਣੀ ਦੇ ਨਾਲ ਨਾਲ ਅਸੀਂ ਤੁਹਾਨੂੰ ਬੇਗੋ ਨਾਰ ਦੀਆਂ ਲੋਕ ਬੋਲੀਆਂ ਦਾ ਵੀ ਵਰਣਨ ਕਰਦੇ ਰਹਾਂ। ਜਿੰਨੀ ਹੀ ਸੋਹਣੀ ਤੇ ਦਿਲ ਨੂੰ ਛੂਹਣ ਵਾਲੀ ਇਹ ਕਹਾਣੀ ਹੈ, ਉਨੀ ਹੀ ਸੋਹਣੀ ਤਰ੍ਹਾਂ ਪੰਜਾਬ ਦੀ ਲੋਕ ਬੋਲੀਆਂ ਤੇ ਲੋਕ ਗੀਤਾਂ ਵਿੱਚ ਵੀ ਇਸ ਨੂੰ ਦਰਸਾਇਆ ਗਿਆ। ਕਿਹਾ ਜਾਂਦਾ ਹੈ ਕਿ ਰਾਵੀ ਤੋਂ ਪਾਰ ਇੱਕ ਪਿੰਡ ਸੱਸਾ ਚੰਗੀਆਂ ਸੀ ਤੇ ਉੱਥੇ ਦਾ ਇੱਕ ਬਹੁਤ ਰੱਜਿਆ ਪੁੱਜਿਆ ਜ਼ਿਮੀਂਦਾਰ ਪਰਿਵਾਰ ਸੀ, ਜਿਸਦਾ ਮੋਰੀ ਸੀ ਕਿਸ਼ਨ ਸਿੰਘ ਗੁੱਜਰ। ਉਸਦੇ ਘਰ ਕੋਈ ਔਲਾਦ ਨਹੀਂ ਸੀ ਤੇ ਬਹੁਤ ਥਾਂ ਮੱਥੇ ਟੇਕਣ ਮਗਰੋਂ 45-46 ਸਾਲ ਦੀ ਉਮਰ ਵਿੱਚ ਉਸਦੇ ਘਰ ਇੱਕ ਬੱਚੀ ਨੇ ਜਨਮ ਲਿਆ, ਜਿਸਦਾ ਨਾਂ ਦਿਲਵੇਗ ਰੱਖਿਆ ਤੇ ਸਾਰੇ ਉਸਨੂੰ ਪਿਆਰ ਨਾਲ ਬੇਗੋ ਆਖ ਬੁਲਾਉਂਦੇ ਸੀ। ਹੋ ਰਾਵੀ ਦੇ ਜੋ ਪਾਰ ਵੀਰ ਨੂੰ ਸੱਸਾ ਪਿੰਡ ਬਤਾਉਂਦੇ ਵੀ ਉਸ ਨਗਰ ਵਿੱਚ ਜਨਮੀ ਬੇਗੋ, ਮਾਪੇ ਖੁਸ਼ੀ ਮਨਾਉਂਦੇ ਵੀ ਘਰ ਵਿੱਚ ਹੋਰ ਪੁੱਤਰ ਨਾ ਕੋਈ, ਸਹਿਰੀ ਹਾਲ ਸੁਣਾਉਂਦੇ ਮਾਪੇ ਬੇਗੋ ਦੇ, ਧਰਤੀ ਪੈਰ ਨਾਲ ਲਾਉਂਦੇ ਮਾਪੇ ਬੇਗੋ ਦੇ। ਵੇਖਦਿਆਂ ਹੀ ਵੇਖਦਿਆਂ ਬੇਗੋ ਨੇ ਜਵਾਨੀ ਦੀ ਦਹਿਲੀਜ਼ ਤੇ ਪੈਰ ਧਰਤਾ ਤੇ ਬੇਗੋ ਦੇ ਰੂਪ ਦੇ ਚਰਚੇ ਦੂਰ ਦੂਰ ਤੱਕ ਹੋਣ ਲੱਗੇ। ਖਾਣ ਪੀਣ ਦੀ ਕਮੀ ਨਾ ਕੋਈ, ਪਲ ਪਲ ਰੰਗ ਬਟਾਵੇ, ਅਗਣਵੇਂ ਦਿਨਾਂ ਵਿੱਚ ਚੜ੍ਹੀ ਜਵਾਨੀ, ਅਗਣਵੇਂ ਦਿਨਾਂ ਵਿੱਚ ਚੜ੍ਹੀ ਜਵਾਨੀ, ਰੂਪ ਚਾਂਬੜਾ ਪਾਵੇ ਵੀ ਪਤਲੀ ਕਮਰ ਸਮਾਨ ਸ਼ੇਰ ਦੇ, ਝੂੰਟੇ ਖਾਂਦੀ ਜਾਵੇ ਹਾਥੀ ਵਾਂਗੂ ਫਿਰੇ ਝੂਲ ਕੇ, ਨਾਗ ਵਾਂਗ ਵਲ ਖਾਵੇ ਗਰਦਨ ਬੇਗੋ ਦੀ, ਮੋਰ ਵਾਂਗ ਗਜ ਖਾਵੇ ਗਰਦਨ ਬੇਗੋ ਦੀ। ਗੱਲ ਕਰੀਏ ਇੰਦਰ ਬਾਣੀਏ ਦੀ ਤਾਂ ਲਾਹੌਰ ਦੇ ਅਨਾਰਕਲੀ ਬਾਜ਼ਾਰ ਵਿੱਚ ਬਹੁਤ ਹੀ ਅਮੀਰ ਸੇਠ ਲਾਲਾ ਕਸ਼ਮੀਰੀ ਚੰਦ ਤੇ ਉਸਦੀ ਪਤਨੀ ਕੇਸਰੀ ਦਾ ਇੱਕੋ ਇੱਕ ਲਾਡਲਾ ਪੁੱਤਰ ਸੀ ਇੰਦਰ। ਕਹਿੰਦੇ ਆ ਜਿਵੇਂ ਜੱਟ ਦੇ ਪੁੱਤ ਨੂੰ ਹਲ ਦਾ ਹੱਥਾ ਫੜਨਾ ਆ ਹੀ ਜਾਂਦਾ, ਉਸੀ ਤਰ੍ਹਾਂ ਬਾਣੀਏ ਦੇ ਪੁੱਤ ਨੂੰ ਵਪਾਰ ਕਰਨਾ ਸਿਖਾਇਆ ਨਹੀਂ ਜਾਂਦਾ ਤੇ ਇਸੀ ਤਰ੍ਹਾਂ ਇੰਦਰ ਬਾਣੀਆ ਵੀ ਆਪਣੇ ਪਿਤਾ ਦੀ ਕੱਪੜਿਆਂ ਦੀ ਹੱਟੀ ਸਾਂਭਣ ਲੱਗ ਪਿਆ। ਸਾਡੇ ਸੱਭਿਆਚਾਰ 'ਚ ਜਦੋਂ ਧੀ ਜਵਾਨ ਹੋ ਜਾਂਦੀ ਤਾਂ ਉਸਨੂੰ ਘਰ ਦਾ ਕੰਮ ਕਾਰ ਤੇ ਸਿਲਾਈ ਕਢਾਈ ਸਿਖਾਈ ਜਾਂਦੀ ਤੇ ਕੁੜੀਆਂ ਵੀ ਆਪਣੇ ਦਾਜ ਦਾ ਸਮਾਨ ਹੱਥੀ ਤਿਆਰ ਕਰਦੀਆਂ, ਜਿਵੇਂ ਬਾਗ ਫੁਲਕਾਰੀਆਂ, ਸਰਾਣੇ, ਝੋਲਿਆਂ ਤੇ ਵੇਲ ਬੂਟੀਆਂ ਪਾਉਂਦੀਆਂ। ਤੇ ਬੇਗੋ ਨੇ ਵੀ ਇਹ ਸਾਰਾ ਕੰਮ ਕਾਰ ਕਰਨਾ ਸ਼ੁਰੂ ਕਰ ਦਿੱਤਾ। ਇੱਕ ਦਿਨ ਬੇਗੋ ਕਢਾਈ ਦਾ ਸਮਾਨ ਲੈਣ ਲਈ ਲਾਹੌਰ ਵਿਖੇ ਅਨਾਰਕਲੀ ਬਾਜ਼ਾਰ ਵਿੱਚ ਜਾਂਦੀ ਤੇ ਅਚਾਨਕ ਹੀ ਇੰਦਰ ਬਾਣੀਏ ਦੀ ਹੱਟ ਤੇ ਦਾਖਲ ਹੋ ਜਾਂਦੀ ਤੇ ਇੰਦਰ ਬਾਣੀਆਂ ਬੇਗੋ ਨਾਰ ਦਾ ਹੁਸਨ ਵੇਖ ਪਹਿਲੀ ਸੱਟੇ ਹੀ ਉਸਨੂੰ ਦਿਲ ਦੇ ਪੈਂਦਾ। ਓ ਸਿਖਰ ਤੂੰ ਪੈਰੇ ਵਰਗੀ ਬੇਗੋ ਪਈ ਲਾਹੌਰ ਦੁਹਾਈ, ਇੰਦਰ ਮਲ ਛੱਟ ਆਸ਼ਕ ਹੋ ਗਿਆ ਜਦ ਹੱਟੀ ਤੇ ਆਈ, ਓ ਪਿੰਡ ਛੱਟੇ ਇੰਦਰ ਆਖੇ ਹੱਟ ਤੁਸਾਂ ਦੀ ਸਾਰੀ, ਜੇ ਸੋਹਣੇ ਹੱਸ ਬੋਲਣ ਕੇਰਾ ਹੋ ਜੇ ਦੂਰ ਬਿਮਾਰੀ। ਬੇਗੋ ਨੂੰ ਕਢਾਈ ਦੇ ਲਈ ਸੂਤੀ ਕੱਪੜਾ ਤੇ ਪੱਟ ਦਾ ਧਾਗਾ ਚਾਹੀਦਾ ਸੀ, ਪਰ ਇੰਦਰ ਬਾਣੀਆਂ ਉਸਦੇ ਹੁਸਨ ਤੇ ਇੰਨਾ ਲੋਟੂ ਹੋ ਗਿਆ ਸੀ ਕਿ ਉਸਨੇ ਸੂਤੀ ਕੱਪੜੇ ਦੀ ਥਾਂ ਰੇਸ਼ਮੀ ਸੂਤ ਤੇ ਪੱਟ ਦੇ ਧਾਗੇ ਦੀ ਥਾਂ ਸ਼ਿੰਗਾਰ ਦਾ ਸਮਾਨ ਬੇਗੋ ਨੂੰ ਦੇ ਦਿੱਤਾ। ਇੱਥੇ ਬੇਗੋ ਵੀ ਇੰਦਰ ਬਾਣੀਏ ਤੇ ਜ਼ਰੂਰ ਮੋਹਿਤ ਹੋਈ ਸੀ ਤੇ ਇਹ ਸਾਰੀ ਵਿਥਿਆ ਉਹ ਆਪਣੀ ਸਹੇਲੀਆਂ ਨੂੰ ਵਾਰ ਵਾਰ ਸੁਣਾਉਂਦੀ। ਇੰਨੇ ਤਾਂ ਉਸ ਕੋਲ ਪੈਸੇ ਵੀ ਨਹੀਂ ਸਨ ਜਿੰਨਾ ਇੰਦਰ ਬਾਣੀਏ ਨੇ ਉਸਨੂੰ ਸਮਾਨ ਦੇ ਦਿੱਤਾ ਸੀ ਤੇ ਉਹ ਸਾਰਾ ਸਮਾਨ ਆਪਣੀ ਮਾਂ ਤੇ ਸਹੇਲੀਆਂ ਨੂੰ ਵਿਖਾਉਂਦੀ ਤੇ ਅੰਦਰੋਂ ਅੰਦਰੀ ਸੋਚਦੀ ਕਿ ਉਸਨੇ ਇੰਦਰ ਬਾਣੀਏ ਨੂੰ ਲੁੱਟ ਲਿਆ
ਪਰ ਮਨੋ ਮਨੀ ਉਸ ਨੂੰ ਯਾਦ ਕਰਕੇ ਖੁਸ਼ ਵੀ ਹੁੰਦੀ। 15 ਦਿਨਾਂ ਬਾਅਦ ਜਦੋਂ ਬੇਗੋ ਆਪਣੀ ਸਹੇਲੀਆਂ ਨੂੰ ਨਾਲ ਲੈ ਕੇ ਇੰਦਰ ਬਾਣੀ ਦੀ ਹੱਟ ਤੇ ਜਾਂਦੀ ਤਾਂ ਇੰਦਰ ਬਾਣੀਆਂ ਉਹਨਾਂ ਨੂੰ ਸ਼ਿੰਗਾਰ ਦਾ ਸਮਾਨ ਤੇ ਸੂਟ ਦੇ ਦਿੰਦਾ। ਜਦੋਂ ਉਸਨੂੰ ਪੈਸੇ ਪੁੱਛੇ ਜਾਂਦੇ ਨੇ ਤਾਂ ਅੱਗੋ ਕਹਿੰਦਾ ਕਿ ਬੇਗੋ ਅੱਗੇ ਪੈਸਿਆਂ ਦੀ ਕੀ ਗੱਲ ਹੈ, ਇਹਦੇ ਲਈ ਤਾਂ ਮੈਂ ਆਪਣੀ ਦੁਕਾਨ ਤੱਕ ਕੁਰਬਾਨ ਕਰ ਦਿਆਂ। ਬੇਗੋ ਕਹਿੰਦੀ ਸੁਣ ਵੇ ਇੰਦਰਾਂ ਮਿਲਦੀਆਂ ਨੇ ਤਕਦੀਰਾਂ ਵੇ ਪਿੱਛੇ ਦਾਨ ਕਰੇ ਤੈਂ ਛੋਲੇ, ਪਿੱਛੇ ਦਾਨ ਕਰੇ ਤੈਂ ਛੋਲੇ, ਇੱਥੋਂ ਭਾਲਦਾ ਖੀਰਾਂ ਵੇ ਅੰਬ ਕਦੇ ਨਾ ਹਾਸਲ ਹੁੰਦੇ, ਅੰਬ ਕਦੇ ਨਾ ਹਾਸਲ ਹੁੰਦੇ, ਬੀਜ ਕੇ ਜੰਡ ਕਰੀ ਰਾਵੇ ਬਾਜ ਕਮਾਈ ਕੁਝ ਨਹੀਂ ਮਿਲਦਾ, ਬਾਜ ਕਮਾਈ ਕੁਝ ਨਹੀਂ ਮਿਲਦਾ, ਦੇਣ ਗ੍ਰੰਥ ਨਜ਼ੀਰਾਂ ਵੇ ਐਵੇਂ ਆਸ਼ਕ ਬਣਿਆ ਫਿਰਦਾ, ਦੇ ਕੇ ਚਾਰ ਕਲੀਰਾਂ ਵੇ ਰਾਂਝੇ ਵਾਂਗੂ ਫੂਕ ਕੇ ਝੁੱਗਾ, ਫੇਰ ਮਿਲਦੀਆਂ ਹੀਰਾਂ ਮੁਸ਼ਕਿਲ ਜਾਣਗੀਆਂ, ਬੇਗੋ ਦੀਆਂ ਤਸਵੀਰਾਂ ਮੁਸ਼ਕਿਲ ਲੱਗਦਾ ਸੀ ਕਿ ਬਾਣੀਆ ਪੁੱਤ ਹੈ ਕਿੱਥੇ ਕੁਝ ਕਰ ਸਕਦਾ ਤੇ ਉਹਨਾਂ ਨੇ ਹਾਸੇ ਹਾਸੇ ਵਿੱਚ ਇੰਦਰ ਬਾਣੀ ਨੂੰ ਹੱਟੀ ਨੂੰ ਅੱਗ ਲਾਉਣ ਲਈ ਤੇ ਬੇਗੋ ਨੇ ਵੀ ਹਾਮੀ ਭਰ ਦਿੱਤੀ ਤੇ ਇੰਨੀ ਸੁਣ ਕੇ ਇੰਦਰ ਬਾਣੀਏ ਨੇ ਆਪਣੀ ਹੱਟੀ ਨੂੰ ਅੱਗ ਲਾ ਦਿੱਤੀ। ਇੰਨੀ ਸੁਣ ਕੇ ਇੰਦਰ ਮਾਲੇ ਫੇਰ ਦੇਰ ਨਾ ਲਾਈ ਵੀ ਤੇਲ ਮਿੱਟੀ ਦਾ ਡੋਲ ਕੇ ਵੀਰੋ, ਤੇਲ ਮਿੱਟੀ ਦਾ ਡੋਲ ਕੇ ਵੀਰੋ ਅੱਗ ਹੱਟੀ ਨੂੰ ਲਾਈ ਵੀ ਆਗੇ ਲੱਗੇ ਬੁਝਾਉਣ ਵਾਲੀਏ, ਆਕੇ ਲੱਗੇ ਬਚਾਉਣ ਬਾਣੀਏ, ਬੁਝਦੀ ਨਹੀਂ ਬੁਝਾਈ ਵੀ ਨਾਰਾਂ ਗਈਆਂ ਦੌੜ ਦੇਖ ਕੇ, ਸੋਟੀ ਤੇ ਸਵਰਾਈ ਅਗਨੀ ਨਾ ਬੁਝਦੀ, ਲਾਲੇ ਦੇਣ ਦੁਹਾਈ ਅਗਨੀ ਨਾ ਬੁਝਦੀ। ਸਾਰੇ ਬਾਜ਼ਾਰ ਵਿੱਚ ਹਾਹਾਕਾਰ ਮਚ ਗਿਆ, ਬੇਗੋ ਤੇ ਉਸਦੀ ਸਹੇਲੀਆਂ ਉੱਥੋਂ ਭੱਜ ਗਈ ਤੇ ਮਗਰ ਮਗਰ ਇੰਦਰ ਬਾਣੀਆਂ ਵੀ ਆ ਗਈ। ਉਸਦੀ ਸਹੇਲੀਆਂ ਨੇ ਡਰਦਿਆਂ ਨੇ ਬੇਗੋ ਨੂੰ ਲੁਕੋ ਦਿੱਤਾ। ਸਹੇਲੀਆਂ ਨੇ ਇੰਦਰ ਨੂੰ ਕਿਹਾ ਕਿ ਬੇਗੋ ਨੇ ਰਾਵੀ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ ਤੇ ਇੰਨੀ ਸੌਂਦਿਆਂ ਸਾਰ ਹੀ ਇੰਦਰ ਨੇ ਰਾਵੀ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ ਤੇ ਉਸ ਤੋਂ ਬਾਅਦ ਸਾਰੀ ਸਹੇਲੀਆਂ ਬੇਗੋ ਕੋਲ ਆਈ ਤੇ ਉਹਨਾਂ ਨੇ ਦੱਸਿਆ ਕਿ ਤੇਰੇ ਪਿੱਛੇ ਇੰਦਰ ਬਾਣੀਏ ਨੇ ਰਾਵੀ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ ਤੇ ਇਹ ਸੁਣਦਿਆਂ ਸਾਰ ਹੀ ਬੇਗੋ ਵੀ ਰਾਵੀ ਦਰਿਆ ਦੇ ਵਿੱਚ ਛਾਲ ਮਾਰ ਕੇ ਮਰ ਜਾਂਦੀ। ਇਹ ਪ੍ਰੇਮ ਕਹਾਣੀ ਭਾਵੇਂ ਸਿਰਫ ਦੋ ਮੁਲਾਕਾਤਾਂ ਦੀ ਸੀ ਪਰ ਇੰਦਰ ਤੇ ਬੇਗੋ ਨੇ ਆਪਣੇ ਪਿਆਰ ਨੂੰ ਇੱਕ ਦੂਜੇ ਦੇ ਜਾਣ ਦੇ ਕੇ ਇਤਿਹਾਸ ਦੇ ਪੰਨਿਆਂ ਵਿੱਚ ਹਮੇਸ਼ਾ ਹਮੇਸ਼ਾ ਦੇ ਦਰਜ ਕਰ ਲਏ। ਆਸ ਕਰਦੇ ਹਾਂ ਕਿ ਤੁਹਾਨੂੰ ਸਾਡਾ ਪੰਜਾਬੀ ਸੱਭਿਆਚਾਰ ਲਈ ਕੀਤਾ ਹੋਇਆ ਉਪਰਾਲਾ ਪਸੰਦ ਆਇਆ ਹੋਵੇ। ਇਸੇ ਤਰ੍ਹਾਂ ਦੀਆਂ ਹੋਰ ਅਲੱਗ ਅਲੱਗ ਬਣਤੀਆਂ ਤੁਹਾਡੇ ਤੱਕ ਲੈ ਕੇ ਆਉਂਦੇ ਹਨ। ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਪੰਜਾਬੀ ਸੱਭਿਆਚਾਰ ਨੂੰ ਹੋਰ ਪ੍ਰਮੋਟ ਕਰ ਸਕੀਏ ਤਾਂ ਸਾਡੇ ਚੈਨਲ ਵਿਰਾਸਤੀ ਪੈਣਾ ਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ। ਜਿੰਨਾ ਚਾਰ ਜੱਗ ਜਿਉਂਦੇ ਲੋਕੀ ਪੈਂਦੀ ਰਹੂ ਕਹਾਣੀ।